ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 1 ਕਿਲੋਗ੍ਰਾਮ ਦੇ ਵਿੱਚ ਕਿੰਨੇ ਗ੍ਰਾਮਸ ਹੁੰਦੇ ਆ 1000 ਗ੍ਰਾਮਸ ਜੇ ਜੇਕਰ ਅਸੀਂ ਇਸ ਨੂੰ ਉਲਟ ਕਰ ਦਈਏ ਫਿਰ ਇਹ ਕਿੱਦਾਂ ਬਣ ਜਾਊਗਾ 1000 ਗ੍ਰਾਮਸ ਇਕੁਅਲ ਟੂ 1 ਕੇਜੀ ਇਸੇ ਤਰ੍ਹਾਂ ਹੀ 2000 ਗ੍ਰਾਮਸ ਇਕੁਅਲ ਟੂ 2 ਕਿਲੋਗ੍ਰਾਮਸ ਇਸੇ ਤਰ੍ਹਾਂ ਹੀ 3000 ग्राम्स इक्वल टू 3 किलोग्राम्स इसी तरह 4000 ग्राम्स इक्वल टू भी 4 किलोग्राम्स स्टार्ट ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 2000 ਗ੍ਰਾਮ ਦੇ ਵਿੱਚ ਕਿ ਕਿੰਨੇ ਕਿਲੋਗ੍ਰਾਮ ਹੁੰਦੇ ਆ 2 ਕਿਲੋਗ੍ਰਾਮ ਹੁਣ ਇਹ ਆਇਆ ਕਿਵੇਂ ਹੁਣ ਅਸੀਂ ਪਹਿਲਾਂ ਅਸੀਂ ਇਸ ਨੂੰ ਕਨਵਰਟ ਕਰਾਂਗੇ 2000 ਗ੍ਰਾਮ ਨੂੰ ਅਸੀਂ ਕਿਸ ਤਰ੍ਹਾਂ ਡਿਵਾਈਡ ਕਰਾਂਗੇ 1000 ਦੇ ਨਾਲ ਹੁਣ ਅਸੀਂ ਜਿਹੜੀਆਂ ਉੱਤੇ ਤੇ ਥੱਲੇ ਜ਼ੀਰੋਸ ਹੈ ਅਸੀਂ ਇਸ ਸਾਰੇ ਜ਼ੀਰੋਸ ਨੂੰ ਕੱਟ ਦੇਵਾਂਗੇ ਹੁਣ ਇਸ ਦਾ ਆਨਸਰ ਆ ਗਿਆ 2 ਕਿਲੋਗ੍ਰਾਮਸ ਹੁਣ ਅਸੀਂ ਇਸ ਨੂੰ ਵੀ ਡਿਵਾਈਡ ਕਰਾਂਗੇ ਇਹਨੂੰ ਵੀ ਅਸੀਂ 1000 ਦੇ ਨਾਲ 1000 ਦੇ ਨਾਲ ਡਿਵਾਈਡ ਕਰਾਂਗੇ ਉੱਤੇ ਤੇ ਥੱਲੇ ਵਾਲੀ ਜ਼ੀਰੋਸ ਨੂੰ ਅਸੀਂ ਕੱਟ ਦਾਂਗੇ ਹੁਣ ਇਸ ਦਾ ਆਨਸਰ ਹੈ 3 ਕਿਲੋਗ੍ਰਾਮਸ ਜੇ ਅਸੀਂ ਕਦੀ ਵੀ ਕੀ ਬੋਲਾਂਗੇ ਗ੍ਰਾਮਾਂ ਗ੍ਰਾਮਸ ਨੂੰ ਠੀਕ ਹੈ ਜੇ ਅਸੀਂ ਕਦੀ ਵੀ ਗ੍ਰਾਮਸ ਨੂੰ ਕਿਲੋਗ੍ਰਾਮ ਦੇ ਵਿੱਚ ਕਨਵਰਟ ਕਰਨਾ ਹੋਏ ਫਿਰ ਅਸੀਂ ਇਸ ਨੂੰ 1000 ਦੇ ਨਾਲ ਫਿਰ ਅਸੀਂ ਇਸ ਨੂੰ 1000 ਦੇ ਨਾਲ ਡਿਵਾਈਡ ਕਰਾਂਗੇ ਜੇਕਰ ਇਸ ਤਰ੍ਹਾਂ ਦੀ ਸਟੇਟਮੈਂਟ ਹੋਏ ਇਸ ਨੂੰ ਵੀ ਅਸੀਂ ਇੱਦਾਂ ਕਰਾਂਗੇ ਇਸ ਨੂੰ ਵੀ ਅਸੀਂ 1000 ਦੇ ਨਾਲ ਡਿਵਾਈਡ ਕਰਾਂਗੇ ਹੁਣ ਇਹ ਤੇ ਹੁਣ ਕੱਟ ਤੇ ਹੋ ਨਹੀਂ ਸਕਦੇ ਫਿਰ ਅਸੀਂ ਪਹਿਲਾਂ ਥੱਲੇ ਵਾਲੇ ਜ਼ੀਰੋਸ ਕਾਊਂਟ ਕਰਾਂਗੇ 1 2 3 ਹੁਣ ਅਸੀਂ ਉੱਤੇ ਵਾਲੇ ਆ ਨੰਬਰਸ ਵੀ ਕਾਊਂਟ ਕਰਾਂਗੇ 1 2 3 ਹੁਣ ਅਸੀਂ ਇੱਥੇ ਆ ਕੇ 3 ਹੋ ਗਿਆ ਹੁਣ ਅਸੀਂ ਇੱਥੇ ਡੈਸੀਮਲ ਲਾ ਕੇ ਤੇ ਸਾਡਾ ਆਨਸਰ ਆ ਜਾਊਗਾ 9.705 ਗ੍ਰਾਮਸ ਕਿਲੋਗ੍ਰਾਮਸ ਸਾਡਾ ਆਨਸਰ ਆ ਗਿਆ 9.705 ਕਿਲੋਗ੍ਰਾਮਸ ਇਸ ਤਰ੍ਹਾਂ ਹੀ ਅਸੀਂ ਇਸ ਸਭ ਨੂੰ ਵੀ ਡਿਵਾਈਡ ਕਰਾਂਗੇ ਇਸ ਸਭ ਨੂੰ ਵੀ ਅਸੀਂ 1000 ਦੇ ਨਾਲ ਡਿਵਾਈਡ ਕਰਾਂਗੇ ਉੱਤੇ ਤੇ ਜ਼ੀਰੋਸ ਹੈ ਨਹੀਂ ਹੈ ਫਿਰ ਅਸੀਂ ਪਹਿਲਾਂ ਥੱਲੇ ਵਾਲੇ ਜ਼ੀਰੋਸ ਨੂੰ ਕਾਊਂਟ ਕਰ ਲਾਂਗੇ 1 2 3 ਹੁਣ ਅਸੀਂ ਉੱਤੇ ਵਾਲੇ ਨੰਬਰ ਨੂੰ ਵੀ ਕਾਊਂਟ ਕਰਾਂਗੇ 1 2 3 ਹੁਣ ਅਸੀਂ ਇੱਥੇ ਡੈਸੀਮਲ ਲਾ ਦਾਂਗੇ ਤੇ ਸਾਡਾ ਆਨਸਰ ਆ ਗਿਆ 6.779 ਕਿਲੋਗ੍ਰਾਮਸ